ਪਰ ਹੁਣ ਤੁਸੀਂ ਐਕਸ਼ਨ ਦੀ ਡਿਟੇਲਿੰਗ ਬਹੁ ਬਾਰੀਕੀ ਚ ਕਰ ਰਹੇ ਹੋ ਲਗਾਤਾਰ ਤੁਹਾਡੀ ਐਕਸ਼ਨ ਦੀ ਇੱਕ ਗੱਲ ਹੋ ਰਹੀ ਹੈ ਜੀ ਜੀ ਇੱਕ ਸਿਨੇਮਾ ਦੇ ਅੰਦਰ ਗੱਲ ਤੁਸੀਂ ਕਰਦੇ ਹੋ ਆਪਣੇ ਡਾਇਰੈਕਟਰ ਨਾਲ ਇੱਕ ਤੁਹਾਡਾ ਦਰਸ਼ਕ ਵੇਖ ਕੇ ਗੱਲ ਕਰਦਾ ਹੈ ਕਿ ਜੇ ਰੰਦਾਵਾ ਕੁਝ ਐਕਸ਼ਨ ਦਾ ਟ੍ਰੀਟਮੈਂਟ ਵੱਖਰਾ ਦੇ ਰਿਹਾ ਜੀ ਜਿਹੜੀ ਇੰਨੀ ਡਿਟੇਲਿੰਗ ਹੋਣ ਹੈ ਰਹੀ ਹੈ ਇੰਨਾ ਐਕਸ਼ਨ ਨੂੰ ਖਾਸ ਇੰਪੋਰਟੈਂਸ ਦੇਣ ਦਾ ਕਾਰਨ ਨਹੀਂ ਕੋਈ ਕਾਰਨ ਹੀਗਾ ਤੁਹਾਡਾ ਇੰਟਰਸਟ ਹੁੰਦਾ ਆਪਦਾ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਤੁਹਾਨੂੰ ਜ਼ਿੰਦਗੀ ਚ ਜਿਹੜੀ ਚੀਜ਼ ਮਜ਼ਾ ਆਉਂਦਾ ਨਾ ਉਹ ਕਰੋ ਬਿਲਕੁਲ ਤੁਹਾਨੂੰ ਕਿਸੇ ਦੇ ਕਹਿਣ ਤੇ ਕੁਝ ਨਹੀਂ ਕਰਨਾ ਚਾਹੀਦਾ ਮੇਰਾ ਮੇਰਾ ਇਹ ਜ਼ਿੰਦਗੀ ਚ ਮੈਂ ਸਿੱਖਿਆ ਬੀਇੰਗ ਐਕਟਰ ਜਦੋਂ ਤੁਸੀਂ ਇੱਕ ਸਬਜੈਕਟ ਤੇ ਕੰਮ ਕਰਦੇ ਹੋ ਮਤਲਬ ਕੁਝ ਤੈਅ ਹੋ ਰਿਹਾ ਆ ਆ ਵੀ ਐਕਸ਼ਨ ਕਿਉਂ ਦੇਣਾ ਚਾਹੁੰਦੇ ਹੋ ਦਰਸ਼ਕ ਨੂੰ ਹਾਂ ਜਦੋਂ ਮੈਂ ਸਮਝ ਗਿਆ ਤੁਹਾਡੀ ਗੱਲ ਜਦੋਂ ਤੁਸੀਂ ਫਿਲਮ ਬਣਾਉਂਦੇ ਨਾ ਮੈਂ ਰੱਬ ਵਾਲੀ ਗੱਲ ਤੁਹਾਨੂੰ ਦੱਸਦਾ ਤੁਸੀਂ ਕਈ ਵਾਰੀ ਨਾ ਘਰੋਂ ਨਿਕਲਦੇ ਇਹ ਗੱਲ ਸੋਚ ਕੇ ਕਿ ਯਾਰ ਮੈਂ ਨਾ ਲੇਟ ਨਾ ਹੋ ਜਾ ਮੈਂ ਛੇਤੀ ਪਹੁੰਚਣਾ ਤੇ ਤੁਸੀਂ ਉਸੇ ਦਿਨ 2 ਘੰਟੇ ਲੇਟ ਹੁੰਨੇ ਆ ਤੇ ਤੁਸੀਂ ਕਹਿੰਦੇ ਹੋ ਯੂ ਆਰ ਲੇਟ ਹੋ ਗਿਆ ਰਸਤੇ ਚ ਆ ਹੋ ਗਿਆ ਸੀ ਜੇ ਤੁਸੀਂ ਉਸ ਗੱਲ ਨੂੰ ਸਮਝੋ ਨਾ ਤੇ ਉਸ ਗੱਲ ਦਾ ਮਤਲਬ ਇਹ ਹੈ ਕਿ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਹੋਣਾ ਜੋ ਪ੍ਰਮਾਤਮਾ ਨੇ ਸੋਚਿਆ ਤੇ ਲਿਖਿਆ ਤੁਹਾਡੇ ਲਈ ਉਹ ਹੋਣਾ ਜੀ ਜਦੋਂ ਮੈਂ ਫਿਲਮ ਬਣਾਉਣ ਨਿਕਲਦਾ ਮੈਂ ਸੋਚ ਕੇ ਨਹੀਂ ਨਿਕਲਦਾ ਕਿ ਮੈਂ ਇਹਦੇ ਚ ਐਕਸ਼ਨ ਫਿਲਮ ਬਣਾਉਣੀ ਹੈ ਮੈਂ 11 ਮਹੀਨੇ ਬਾਅਦ ਫਿਲਮ ਮੇਰੀ ਆ ਰਹੀ ਆ ਪਿਛਲੀ ਫਿਲਮ ਜੂਨ ਚਾਈ ਸੀ ਮਈ ਚ ਆ ਰਹੀ ਆ ਮੈਂ ਇਹ ਸੋਚਗੇ ਨਹੀਂ ਕੀਤੀ ਕਿ ਮੈਂ ਇਹ ਫਿਲਮ ਐ ਦੇ ਵਿੱਚ ਐਕਸ਼ਨ ਹੋਣਾ ਓਕੇ ਸੋ ਮੈਂ ਇਸ ਫਿਲਮ ਦੀ ਕਹਾਣੀ ਜਿਹੜੀ ਇੱਕ ਫੈਮਲੀ ਕਹਾਣੀ ਸੀ ਫੈਮਲੀ ਫਿਲਮ ਦੀ ਕਹਾਣੀ ਸੀ ਉਹ ਜਦੋਂ ਪ੍ਰੋਸੈਸਟ ਕਰਦੇ 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 ਚੀਜ਼ਾਂ ਇਕੱਠੀਆਂ ਹੋਣ ਲੱਗ ਜਾਂਦੀਆਂ ਦੂਜੇ ਮਨੀਸ਼ ਸਰ ਮਨੀਸ਼ ਸਰ ਮਨੀਸ਼ ਬੱਟ ਸਰ ਦੀ ਜਿਹੜੀ ਖਾਸੀਅਤ ਆ ਪਲੱਸ ਪੁਆਇੰਟ ਏ ਆ ਕਿ ਉਹ ਉਹਨਾਂ ਦੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਕਿ ਤੁਸੀਂ ਜਦੋਂ ਸਕਰੀਨ ਦੇ ਉੱਤੇ ਇੱਕ ਇੰਪੈਕਟ ਆਉਣਾ ਚਾਹੀਦਾ ਜਿਹੜਾ ਹੀ ਨੋਸ ਉਹਨਾਂ ਤੋਂ ਵਧੀਆ ਕੋਈ ਜਾਣਦਾ ਨਹੀਂ ਕਿਉਂਕਿ ਇ ਇਦੇ ਵਿੱਚ ਸਾਰੇ ਟੀਮ ਦੇ ਬੰਦੇ ਬਹੁਤ ਵਧੀਆ ਨੇ ਅਮਰਜੀਤ ਸਰਾਉ ਭਾਜੀ ਜਿਨ੍ਹਾਂ ਨੇ ਫਿਰ ਮੈਨੂੰ ਲਿਖਿਆ ਡਾਇਲੌਗਸ ਲਿਖੇ ਸੋ ਸਾਰੇ ਚੀਜ਼ਾਂ ਦਾ ਮਿਕਸਚਰ ਹੈ ਓਕੇ ਬਟ ਇਹ ਸੋਚ ਸਮਝ ਕੇ ਨਹੀਂਗਾ ਕਿ ਮੈਂ ਸੋਚਿਆ ਸੀ ਮੈਂ ਸੋਚਿਆ ਕੀ ਆ ਕਿ ਪੈਨ ਇੰਡੀਆ ਫਿਲਮ ਬਣਾਉਣੀ ਆ ਇਹ ਮੈਂ ਸੋਚਿਆ ਹੋਇਆ ਓਕੇ ਹਾਂ ਪਰ ਮੈਂ ਜੇ ਮੈਂ ਸੋਚ ਕੇ ਕਹਾਂ ਤਾਂ ਮੈਂ ਤਾਂ ਹੁਣੇ ਹੀ ਕੋਸ਼ਿਸ਼ ਕਰ ਰਿਹਾ ਮੇਰੇ ਕੋਲ ਹੱਲੇ ਹੋ ਨਹੀਂ ਰਹੀ ਜੀ ਪਰ ਉਹ ਹੁਣੇ ਹੀ ਆ ਜਦੋਂ ਪਰਮਾਤਮਾ ਚਾਹੂਗਾ